ਹਾਂਜੀ ਸਤਿ ਸ਼੍ਰੀ ਅਕਾਲ ਜੀ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਸੂਬੇ ਪੰਜਾਬ ਦੀਆਂ ਖਬਰਾਂ ਦਾ ਇੱਕ ਹੋਰ ਨਵਾਂ ਤਾਜ਼ਾ ਬੁਲਟਨ ਲੈ ਕੇ ਹਾਜ਼ਰ ਹੋਣ ਦੀ ਇਸ ਵੀਡੀਓ ਦੇ ਵਿੱਚ ਸੂਬੇ ਪੰਜਾਬ ਦੀ ਹਰ ਵੱਡੀ ਅਤੇ ਨਿੱਕੀ ਖਬਰ ਨੂੰ ਕਵਰ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ ਸੋ ਤੁਹਾਨੂੰ ਰਿਕਵੈਸਟ ਹੈ ਜੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਦੇ ਤੱਕ ਜਰੂਰ ਦੇਖਿਓ ਤਾਂ ਜੋ ਤੁਹਾਡੇ ਤੋਂ ਕੋਈ ਖਬਰ ਨਾ ਮਿਸ ਹੋਵੇ ਔਰ ਜੇਕਰ ਤੁਸੀਂ ਸਾਡੇ YouTube ਚੈਨਲ ਪੰਜਾਬ ਵੈਦਰ ਟੂਡੇ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜੀ ਲਾਲ ਰੰਗ ਵਾਲਾ ਬਟਨ ਨੱਪ ਕੇ ਕਰ ਲਓ ਨਾਲ ਘੰਟੀ ਵਾਲਾ ਬਟਨ ਵੀ ਨੱਪ ਦਿਓ ਤਾਂ ਜੋ ਤੁਹਾਨੂੰ ਆਉਣ ਵਾਲੀ ਹਰ ਇੱਕ ਨਵੀਂ ਵੀਡੀਓ ਦੀ ਸੂਚਨਾ ਸਭ ਤੋਂ ਪਹਿਲਾਂ ਮਿਲ ਸਕੇ ਪਹਿਲੀ ਖਬਰ ਆ ਰਹੀ ਹੈ ਜੀ ਸਰਕਾਰੀ ਰਾਚਣ ਨਾ ਵੰਡਨ ਤੇ ਕਾਉਂਸਲਰ ਤੇ ਪ੍ਰਸ਼ਾਸਨ ਦਾ ਇਲਾਕੇ ਦੀਆਂ ਔਰਤਾਂ ਦੇ ਵੱਲੋਂ ਕੀਤਾ ਗਿਆ ਪਿੱਟ ਸਿਆਪਾਸੋ ਸੁਲਤਾਨਵਿੰਡ ਤੋਂ ਖਬਰ ਆ ਰਹੀ ਹੈ ਜੀ ਜਿੱਥੇ ਭਿਆਨਕ ਬਿਮਾਰੀ कोरोना ਦੇ ਕਰਕੇ ਸਰਕਾਰ ਦੇ ਵੱਲੋਂ कर्फ्यू ਚ ਹੋਰ ਵਾਧਾ ਕਰ ਦਿੱਤਾ ਗਿਆ ਉੱਥੇ ਹੀ ਲੋਕਾਂ ਦੇ ਲਈ ਖਾਣ ਪੀਣ ਦੀਆਂ ਮੁਸ਼ਕਲਾਂ ਦੇ ਵਿੱਚ ਹੋਰ ਗੰਭੀਰ ਹੋ ਚੁੱਕੀਆਂ ਹਨ ਤੇ ਹਲਕਾ ਦੱਖਣੀ ਦੀ ਵਾਰਡ ਨੰਬਰ 38 ਦੇ ਵਿੱਚ ਇਲਾਕਾ ਨਿਊ ਕੋਰਟ ਮਿੱਤ ਸਿੰਘ ਮਾਤਾ ਗੰਗਾਜੀ ਨਗਰ ਅਤੇ ਕਾਹਨੇ ਵਾਲਾ ਟੋਇਆਂ ਦੇ ਵਸੀਆਂ ਦੀਆਂ ਬੀਬੀਆਂ ਨੇ ਰਾਸ਼ਨ ਮਿਲਣ ਨਾ ਮਿਲਣ ਦੇ ਕਾਰਨ ਸਬੰਧਿਤ ਕਾਉਂਸਲਰ ਅਤੇ ਪ੍ਰਸ਼ਾਸਨ ਦਾ ਪਿੱਟ ਸਿਆਪਾ ਕੀਤਾ ਸੋ ਇੱਥੇ ਸਾਡੇ ਸ਼ਰੋਤਿਆਂ ਲਈ ਸਵਾਲ ਆ ਉਹਨਾਂ ਦੇ ਵੱਲੋਂ ਇਦਾਂ ਕਰਨਾ ਠੀਕ ਆ ਜਾਂ ਨਹੀਂ ਠੀਕ ਸੋ ਆਪਣੇ ਕੀਮਤੀ ਵਿਚਾਰ ਥੱਲੇ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦਿਓ ਸੋ ਫਿਰੋਜ਼ਪੁਰ ਤੋਂ ਖਬਰ ਆ ਰਹੀ ਹੈ ਜਿ ਜਿੱਥੇ ਸਿਹਤ ਵਿਭਾਗ ਦੇ ਵੱਲੋਂ ਸ਼ੱਕੀਆਂ ਦੇ ਭੇਜੇ ਗਏ ਸੈਂਪਲ ਅਤੇ ਕਣਕ ਦੀ ਖਰੀਦ ਪ੍ਰਬੰਧਾਂ ਦੀ ਸਮੀਖਿਆ ਕਰਨ ਦੇ ਲਈ ਕੈਬਨਟ ਮੰਤਰੀ ਸਿੰਗਲਾ ਵੱਲੋਂ ਅਨਾਜ ਮੰਡੀਆਂ ਦਾ ਦੌਰਾ ਉਸ ਤੋਂ ਬਾਅਦ ਜੀ ਭਾਰਤ ਤੋਂ ਵਤਨ ਪਰਤਣ ਵਾਲੀਆਂ ਦੋ ਪਾਕਿਸਤਾਨੀ ਮਾਵਾਂ 3 ਦੀ ਕਰੋਨਾ ਰਿਪੋਰਟ ਆਈ ਪੋਜ਼ਿਟਿਵ ਤੇ ਜਲੰਧਰ ਚੂ ਕਰੋਨਾ ਦੇ ਤਿੰਨ ਮਰੀਜ਼ ਹੋਰ ਪੋਜ਼ਿਟਿਵ ਆਏ ਆ ਜੀ ਸੋ ਅੱਜ ਜਿਹੜੀ ਰਿਪੋਰਟ ਆ ਉਥੋਂ ਪੋਜ਼ਿਟਿਵ ਹੋਣ ਦੇ ਨਾਲ ਇਲਾਕੇ ਦੇ ਵਿੱਚ ਮਰੀਜ਼ਾਂ ਦੀ ਗਿਣਤੀ ਵੱਧ ਕੇ 41 ਹੋ ਚੁੱਕੀ ਆ ਹਰ ਸਿਮਰਤ ਬਾਦਲ ਨੇ ਮੁੱਖ ਮੰਤਰੀ ਨੂੰ ਪੁੱਛਿਆ ਕਿ ਕੇਂਦਰ ਦੁਆਰਾ ਸੂਬੇ ਨੂੰ ਭੇਜੇ ਫੰਡਾਂ ਅਤੇ ਰਾਛਨ ਨੂੰ ਪੰਜਾਬੀਆਂ ਨੂੰ ਕਿਉਂ ਨਹੀਂ ਦਿੱਤਾ ਜਾ ਰਿਹਾ ਸੋ ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਵੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਖਿਆ ਕਿ ਉਹ ਪੰਜਾਬੀਆਂ ਨੂੰ ਜਵਾਬ ਦੇਣ ਕਿ ਕੋਵਿਡ-19 ਸਦਕਾ ਪੈਦਾ ਹੋਈ ਸਥਿਤੀ ਦੇ ਨਾਲ ਨਜਿੱਠਣ ਦੇ ਲਈ ਕੇਂਦਰ ਦੁਆਰਾ 20 ਮਾਰਚ ਤੋਂ ਬਾਅਦ ਪੰਜਾਬ ਦੇ ਵਿੱਚ ਭੇਜੇ ਪੈਸੇ ਅਤੇ ਰਾਸ਼ਨ ਨੂੰ ਲੋਕਾਂ ਦੇ ਵਿੱਚ ਕਿਉਂ ਨਹੀਂ ਵੰਡਿਆ ਜਾ ਰਿਹਾ ਤੇ ਉਹਨਾਂ ਨੇ ਕਿਹਾ ਕਿ ਚੰਗਾ ਹੋਵੇਗਾ ਜੇ ਉਹ ਕੇਂਦਰ ਦੇ ਕੋਲੋਂ ਹੋਰ ਫੰਡ ਮੰਗਣ ਤੋਂ ਪਹਿਲਾਂ ਇਸ ਰਾਹਤ ਨੂੰ ਸੂਬੇ ਦੇ ਲੋਕਾਂ ਦੇ ਵਿੱਚ ਵੰਡ ਦੇਣ ਸੋ ਅਗਲੀ ਖਬਰ ਹੈ ਜੀ ਪੰਚਾਇਤ ਵਿਭਾਗ ਦੇ ਵੱਲੋਂ ਸਰਕਾਰੀ ਵਿਭਾਗਾਂ ਨੂੰ 3 ਲੱਖ ਮਾਸਿਕ ਮੁਹੱਈਆ ਕਰਵਾਏ ਜਾਣਗੇ ਤ੍ਰਿਪਤ ਬਾਜਵਾ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਨੇ ਮੁੱਖ ਮੰਤਰੀ ਕੋਵਿਡ ਰਾਹਤ ਫੰਡ ਦੇ ਵਿੱਚ ਦਾਨ ਕੀਤੇ 14 ਲੱਖ ਰੁਪਏ ਉਸ ਤੋਂ ਬਾਅਦ ਜੀ ਡਿਪਟੀ ਮੈਡੀਕਲ ਕਮਿਸ਼ਨਰ ਦਲਜੀਤ ਸਿੰਘ ਨੇ ਕਰੋਨਾ ਪੋਜ਼ਿਟਿਵ ਮਰੀਜ਼ਾਂ ਨੂੰ ਹੌਸਲਾ ਰੱਖਣ ਦੇ ਲਈ ਕਿਹਾ ਤੇ ਸਮਾਜਿਕ ਦੂਰੀਆਂ ਤੇ ਵਿਸ਼ੇਸ਼ ਜ਼ੋਰ ਦਿੰਦੇ ਦੇ ਕੇ ਪਿੰਡ ਜਵਾਹਰਪੁਰ ਦੇ ਵਿੱਚ ਵਾਡੀ ਦੀ ਸ਼ੁਰੂਆਤ ਸੋਨੀਆ ਗਾਂਧੀ ਨੇ ਬਣਾਇਆ ਕਾਂਗਰਸ ਸਲਾਹਕਾਰ ਸਮੂਹ ਡਾਕਟਰ ਮਨਮੋਹਨ ਸਿੰਘ ਹੋਣਗੇ ਪ੍ਰਧਾਨ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਦੇ ਲਈ ਜਥੇਦਾਰ ਤੋਤਾ ਨੇ 50000 ਰੁਪਏ ਦੀ ਸੇਵਾ ਭੇਜੀ 23 ਸੂਬਿਆਂ ਦੇ 47 ਜ਼ਿਲ੍ਹਿਆਂ ਦੇ ਵਿੱਚ 14 ਦਿਨਾਂ ਤੋਂ ਕਰੋਨਾ ਦਾ ਕੋਈ ਕੇਸ ਨਹੀਂ ਸਿਹਤ ਮੰਤਰਾਲੇ ਨੇ ਜੋ ਇੱਕ ਵਧੀਆ ਖਬਰ ਸਾਂਝੀ ਕੀਤੀ ਹੈ ਕਿ ਰੋਕਣ ਦੇ ਲਈ ਜਿਹੜਾ ਵਾਇਰਸ ਨੂੰ ਰੋਕਣ ਦੇ ਲਈ ਲਾਗੂ ਕੀਤੇ ਗਏ ਲੋਕਡਾਊਨ ਦੇ ਕਾਰਨ ਦੇਸ਼ ਦੇ ਕਈ ਸੂਬਿਆਂ ਦੇ ਕੁਝ ਹਿੱਸਿਆਂ ਦੇ ਵਿੱਚ ਕਰੋਨਾ ਤੇ ਕਾਬੂ ਪਾ ਲਿਆ ਗਿਆ ਤੇ ਸਿਹਤ ਮੰਤਰਾਲੇ ਨੇ ਸ਼ਨੀਵਾਰ ਨੂੰ ਕਿਹਾ ਕਿ ਜ਼ਿਲ੍ਹਾ ਅਤੇ ਸੂਬਾ ਪੱਧਰ ਤੇ ਕੀਤੇ ਚੰਗੇ ਕੰਮਾਂ ਦਾ ਨਤੀਜਾ ਹੈ ਕਿ 23 ਸੂਬਿਆਂ ਦੇ 47 ਜ਼ਿਲ੍ਹਿਆਂ ਦੇ ਵਿੱਚ ਘੱਟੋ-ਘੱਟ 14 ਦਿਨਾਂ ਦੇ ਵਿੱਚ ਕੋਈ ਵੀ ਕਰੋਨਾ ਦਾ ਨਵਾਂ ਮਰੀਜ਼ ਨਹੀਂ ਮਿਲਿਆ ਸੋ ਸ਼੍ਰੀ ਹਜ਼ੂਰ ਸਾਹਿਬ ਦੇ ਵਿੱਚ ਫਸੇ ਸਿੱਖ ਯਾਤਰੀਆਂ ਨੂੰ ਪੰਜਾਬ ਲਿਆਉਣ ਦੇ ਲਈ ਸ਼੍ਰੋਮਣੀ ਕਮੇਟੀ ਨੇ ਗ੍ਰਹਿ ਮੰਤਰੀ ਨੂੰ ਲਿਖਿਆ ਪੱਤਰ ਸੋ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪਾਈ ਗੋਬਿੰਦ ਸਿੰਘ ਲੋਂਗੋਵਾਲ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪੱਤਰ ਲਿਖ ਕੇ ਸ਼੍ਰੀ ਹਜ਼ੂਰ ਸਾਹਿਬ ਨਦੇੜ ਦੇ ਵਿਖੇ ਕਰਫਿਊ ਕਾਰਨ ਕਈ ਹਫ਼ਤਿਆਂ ਤੋਂ ਫਸੇ ਸਿੱਖ ਯਾਤਰੀਆਂ ਨੂੰ ਪੰਜਾਬ ਭੇਜਣ ਦੇ ਲਈ ਤੁਰੰਤ ਯੋਗ ਪ੍ਰਬੰਧ ਕਰਨ ਦੀ ਮੰਗ ਕੀਤੀ ਹੈ ਸੋ ਤਨਖਾਹਾਂ ਨਾ ਮਿਲਣ ਦੇ ਕਰਕੇ ਧਾਗਾ ਫੈਕਟਰੀ ਵਰਕਰਾਂ ਨੇ ਮਿਲ ਪ੍ਰਬੰਧਕਾਂ ਦੇ ਖਿਲਾਫ ਕੱਢਿਆ ਰੋਸ ਗਾयक ਹਰਪਜਨ ਮਾਨ ਦੇ ਕਰੋਨਾ ਪੋਜ਼ਿਟਿਵ ਹੋਣ ਦਾ ਸੱਚ ਆਇਆ ਸਾਹਮਣੇ ਸੋ ਵੱਡੀ ਖਬਰ ਆ ਰਹੀ ਹੈ ਜੀ ਇਸ ਸਮੇਂ ਉਹਨਾਂ ਨੂੰ ਲੈ ਕੇ ਤਰ੍ਹਾਂ ਤਰ੍ਹਾਂ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ ਹਾਲ ਦੇ ਵਿੱਚ ਇੱਕ ਖਬਰ ਆਈ ਸੀ ਕਿ ਪੰਜਾਬੀ ਫਿਲਮ ਇੰਡਸਟਰੀ ਦੇ ਉੱਗੇ ਅਦਾਕਾਰ ਗਾਇਕ ਹਰਪਜਨ ਮਾਨ ਕਰੋਨਾ ਪੋਜ਼ਿਟਿਵ ਪਾਏ ਗਏ ਹਨ ਤੇ ਇਸ ਖਬਰ ਤੋਂ ਬਾਅਦ ਮਾਨ ਦੇ ਫੈਨਸ ਅਤੇ ਕਰੀਬੀ ਦੋਸਤ ਖਬਰ ਆ ਗਿਆ ਤੇ ਉਹਨਾਂ ਦੀ ਸਲਾਮਤੀ ਦੀਆਂ ਦੁਆਵਾਂ ਮੰਗਣ ਲੱਗੇ ਹਾਲਾਂਕਿ ਤੁਹਾਨੂੰ ਦੱਸ ਦਈਏ ਕਿ ਹਰਪਜਨ ਮਾਨ ਕੋਰੋਨਾ ਪੋਜ਼ਿਟਿਵ ਨਹੀਂ ਹਨ ਅਤੇ ਉਹਨਾਂ ਨੂੰ ਕੋਰੋਨਾ ਹੋਣ ਦੀ ਖਬਰ ਸਿਰਫ ਇੱਕ ਅਫਵਾਹ ਸੀ ਜਿਸ ਦੀ ਪੁਸ਼ਟੀ ਖੁਦ ਹਰਪਜਨ ਮਾਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਲਾਈਵ ਹੋ ਕੇ ਕੀਤੀ ਤੇ ਇਸ ਤੋਂ ਹੀ ਇਲਾਵਾ ਹਰਪਜਨ ਮਾਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਪਲੀਜ਼ ਇਸ ਤਰ੍ਹਾਂ ਦੀਆਂ ਖਬਰਾਂ ਨੂੰ ਨਾ ਫਲਾਇਆ ਜਾਵੇ ਸੋ ਉਸ ਤੋਂ ਬਾਅਦ ਜੀ ਕੋਰੋਨਾ ਸੰਬੰਧੀ ਹੁਣ ਤੱਕ ਭੇਜੇ ਗਏ 98 ਸੈਂਪਲਾਂ ਚੋਂ 91 ਦੀ ਰਿਪੋਰਟ ਆਈ 네ਗੇਟਿਵ ਪੰਜ ਦੇ ਨਤੀਜੇ ਆਉਣੇ ਹਜੇ ਬਾਕੀ ਹਨ ਤੇ ਉਸ ਤੋਂ ਬਾਅਦ ਜੀ ਅਗਲੀ ਖਬਰ ਆ ਰਹੀ ਹੈ ਸੂਬਾ ਸਰਕਾਰ ਦੇ ਵੱਲੋਂ ਵੱਖ-ਵੱਖ ਸੇਵਾਵਾਂ ਦੀ ਆਸਾਨੀ ਦੇ ਨਾਲ ਪਹੁੰਚ ਦੇ ਲਈ ਹੈਲਪਲਾਈਨ ਨੰਬਰ ਸਥਾਪਿਤ ਕੀਤੇ ਗਏ ਜਾਣਕਾਰੀ ਲੈਣ ਦੇ ਲਈ ਹੈਲਪਲਾਈਨ ਨੰਬਰ ਆ ਜੀ ਕਰਫਿਊ ਦੀ ਜਾਣਕਾਰੀ ਵਾਸਤੇ 112 ਮੈਡੀਕਲ ਹੈਲਪਲਾਈਨ ਨੰਬਰ ਆ ਜੀ 104 ਐਂਬੂਲੈਂਸ ਸੇਵਾ ਦੀ ਮੰਗ ਕਰਨ ਦੇ ਮਾਮਲੇ ਵਿੱਚ ਹੈਲਪਲਾਈਨ ਨੰਬਰ ਆ ਜੀ 108 ਔਰ ਜਰਨਲ ਵਸਤਾਂ ਦੇ ਲਈ ਜ਼ਰੂਰੀ ਵਸਤਾਂ ਦੀ ਸਪਲਾਈ ਸੰਬੰਧੀ ਕੋਈ ਮੁਸ਼ਕਲ ਆਵੇ ਤਾਂ ਹੈਲਪਲਾਈਨ ਨੰਬਰ ਆ ਜੀ 1905 ਸੋ ਉਸ ਤੋਂ ਬਾਅਦ ਜੀ ਅਗਲੀ ਖਬਰ ਆ ਰਹੀ ਹੈ ਰਾਸ਼ਨ ਨਾ ਮਿਲਣ ਦੇ ਕਰਕੇ ਪਿੰਡ ਦੀਆਂ ਮਹਿਲਾਵਾਂ ਨੇ ਕੀਤੀ ਸਰਕਾਰ ਦੇ ਖਿਲਾਫ ਨਾਰੇਬਾਜ਼ੀ ਸੋ ਬਠਿੰਡਾ ਤੋਂ ਖਬਰ ਆ ਰਹੀ ਹੈ ਜਿੱਥੇ ਪੰਜਾਬ ਸਰਕਾਰ ਦੇ ਵੱਲੋਂ ਲੋਕਾਂ ਨੂੰ ਘਰਾਂ ਦੇ ਵਿੱਚ ਬੈਠ ਕੇ ਇਸ ਮਹਾਮਾਰੀ ਤੋਂ ਬਚਣ ਦੀ ਅਪੀਲ ਕੀਤੀ ਜਾ ਰਹੀ ਹੈ ਦੂਜੇ ਪਾਸੇ ਇੰਨੇ ਦਿਨ ਬੀਤ ਜਾਣ ਤੋਂ ਵੀ ਬਾਅਦ ਹੁਣ ਤੱਕ ਲੋਕਾਂ ਦਾ ਸਬਰ ਜਿਹੜਾ ਉਹ ਟੁੱਟਦਾ ਦਿਖਾਈ ਦੇ ਰਿਹਾ ਹੈ ਤੇ ਅੱਜ ਬਠਿੰਡਾ ਦੇ ਅਮਰਪੁਰਾ ਬਸਤੀ ਦੇ ਵਿੱਚ ਮਹਿਲਾਵਾਂ ਨੇ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕੀਤਾ ਤੇ ਨਾਰੇਬਾਜ਼ੀ ਕੀਤੀ ਉਹਨਾਂ ਦਾ ਕਹਿਣਾ ਕਿ ਉਹਨਾਂ ਨੂੰ ਹਾਲੇ ਤੱਕ ਸਰਕਾਰ ਦੇ ਵੱਲੋਂ ਰਾਸ਼ਨ ਮੁਹੱਈਆ ਨਹੀਂ ਕਰਵਾਇਆ ਗਿਆ ਬਠਿੰਡਾ ਦੀ ਬਸਤੀ ਵਿਖੇ ਮਹਿਲਾਵਾਂ ਨੇ ਪੰਜਾਬ ਸਰਕਾਰ ਅਤੇ ਮਨਪ੍ਰੀਤ ਸਿੰਘ ਬਾਦਲ ਮੁਰਦਾਬਾਦ ਦੇ ਨਾਰੇ ਲਾਏ ਅਤੇ ਉਹਨਾਂ ਨੇ ਸਰਕਾਰ ਦੇ ਵਿੱਤ ਕਰਾ ਕਰਨ ਦੇ ਵੀ ਦੋਸ਼ ਲਾਏ ਉਹਨਾਂ ਨੇ ਕਿਹਾ ਕਿ ਸਰਕਾਰ ਆਪਣੇ ਕਾਂਗਰਸੀ ਵਰਕਰਾਂ ਨੂੰ ਹੀ ਰਾਸ਼ਨ ਦੇ ਰਹੀ ਹੈ ਉਹਨਾਂ ਨੇ ਕਿਹਾ ਕਿ ਗਰੀਬ ਬੰਦਿਆਂ ਨੂੰ ਕੋਈ ਨਹੀਂ ਪੁੱਛ ਰਿਹਾ ਤੇ ਕਰੋਨਾ ਤੋਂ ਤਾਂ ਜਦੋਂ ਮਰਾਂਗੇ ਦੇਖੀ ਜਾਊਗੀ ਪਰ ਲੱਗਦਾ ਅਸੀਂ ਭੁੱਖੇ ਹੀ ਮਰ ਜਾਣਾ ਹੈ ਸੋ ਫਰੀਦਕੋਟ ਤੋਂ ਖਬਰ ਆ ਰਹੀ ਹੈ ਜਿ ਜਿੱਥੇ ਕਰੋਨਾ ਦਾ ਪਹਿਲਾ ਮਰੀਜ਼ ਤੰਦਰੁਸਤ ਹੋ ਕੇ ਘਰ ਪਰਤਿਆ ਆ ਤੇ ਏਸੀਪੀ ਦੇ ਗਨਮੈਨ ਵੱਲੋਂ ਪਿੰਡ ਰਾਮੂ ਵਾਲਾ ਚੋਂ guzari ਇੱਕ ਰਾਤ ਪਿੰਡ ਵਾਸੀਆਂ ਤੇ ਪਈ ਭਾਰੀ ਤੇ ਆਤਮ ਵਿਸ਼ਵਾਸ ਤੇ ਸਹਿਜ ਬਣਾਈ ਰੱਖਣਾ ਕਰੋਨਾ ਤੇ ਜਿੱਤ ਦੀ ਨਿਸ਼ਾਨਦੇਹੀ ਸਾਬਤ ਹੋਵੇਗੀ ਲੁਧਿਆਣਾ ਤੋਂ ਵੱਡੀ ਖਬਰ ਆ ਰਹੀ ਹੈ ਜੀ ਜਿਹੜੇ ਕਰੋਨਾ ਵਾਇਰਸ ਪੋਜ਼ਿਟਿਵ ਲੁਧਿਆਣਾ ਦੇ ACP ਦਾ ਜਿਹੜਾ ਦਿਹਾਂਤ ਹੋ ਗਿਆ ਹੈ ਜੀ ਲੁਧਿਆਣਾ ਦੇ ACP ਅਨਲ ਕੋਲੀ ਦਾ ਅੱਜ ਦਿਹਾਂਤ ਹੋ ਗਿਆ ਤੇ ਅਨਲ ਕੋਲੀ ਲੁਧਿਆਣਾ ਦੇ ਐਸਪੀਐਸ ਹਸਪਤਾਲ ਦੇ ਵਿੱਚ ਦਾਖਲ ਸਨ ਤੇ ਅਨਿਲ ਕੋਲੀ ਪਿਛਲੇ ਕੁਝ ਦਿਨਾਂ ਤੋਂ ਵੈਂਟੀਲੇਟਰ ਤੇ ਸਨ ਕਿਹਾ ਜਾ ਰਿਹਾ ਕਿ ਅੱਜ ਦਿਲ ਦਾ ਦੌਰਾ ਪੈਣ ਦੇ ਕਾਰਨ ਉਹਨਾਂ ਦੀ ਮੌਤ ਹੋ ਗਈ ਤੇ ਉਹਨਾਂ ਦੇ ਸੰਪਰਕ ਚੋਂ ਆਏ ਉਹਨਾਂ ਦੀ ਪਤਨੀ ਪੰਜਾਬ ਪੁਲਿਸ ਦੇ ਇੱਕ ਕਾਂਸਟੇਬਲ ਤੇ ਕਐਸਐਚਯੂ ਦੀ ਕੋਰੋਨਾ ਰਿਪੋਰਟ ਪੋਜ਼ਿਟਿਵ ਆਈ ਹੈ ਤੇ ਏਸੀਪੀ ਅਨਲ ਕੋਹਲੀ ਦੀ ਮੌਤ ਦੇ ਮੰਗਰੋਂ ਇਲਾਕੇ ਦੇ ਵਿੱਚ ਸੋਗ ਅਤੇ ਸਹਿਮ ਦਾ ਮਾਹੌਲ ਹੈ ਸੋ ਉਸ ਤੋਂ ਬਾਅਦ ਜੀ ਨੈਸ਼ਨਲ ਹਾਈਵੇ ਤੇ 20 ਅਪ੍ਰੈਲ ਤੋਂ ਫਿਰ ਹੋਵੇਗੀ ਟੈਕ ਟੋਲ ਦੀ ਵਸੂਲੀ ਕੇਂਦਰ ਸਰਕਾਰ ਨੇ ਦਿੱਤੀ ਜੀ ਮਨਜ਼ੂਰੀ ਰਾਸ਼ਟਰੀ ਰਾਜਮਾਰਗਾਂ ਤੇ 20 April ਤੋਂ ਇੱਕ ਵਾਰ ਫਿਰ ਟੋਲ ਦੀ ਵਸੂਲੀ ਸ਼ੁਰੂ ਕੀਤੀ ਜਾਵੇਗੀ ਤੇ ਕੇਂਦਰ ਸਰਕਾਰ ਨੇ ਭਾਰਤੀ ਕੌਮੀ ਰਾਜਮਾਰਗ 68T ਨੂੰ 20 April ਤੋਂ ਟੋਲ ਵਸੂਲੀ ਦੀ ਮਨਜ਼ੂਰੀ ਦੇ ਦਿੱਤੀ ਹੈ ਤੇ ਜਿੱਥੇ ਇੱਕ ਪਾਸੇ ਸਰਕਾਰ ਨੇ ਦੇਸ਼ ਦੇ ਵਿੱਚ ਟਰੱਕਾਂ ਦੀ ਆਵਾਜਾਈ ਨੂੰ ਮਨਜ਼ੂਰੀ ਦਿੱਤੀ ਸੀ ਉੱਥੇ ਹੀ ਦੂਜੇ ਪਾਸੇ ਭਾਰਤੀ ਨੈਸ਼ਨਲ ਹਾਈਵੇਜ਼ 68T ਨੂੰ 20 April ਤੋਂ ਨੈਸ਼ਨਲ ਹਾਈਵੇ ਤੇ ਟੋਲ ਵਸੂਲੀ ਮੁੜ ਸ਼ੁਰੂ ਕਰਨ ਦਾ ਫੈਸਲਾ ਕੀਤਾ ਤੇ ਟ੍ਰਾਂਸਪੋਰਟ ਜਗਤ ਇਸ ਫੈਸਲੇ ਦਾ ਵਿਰੋਧ ਕਰ ਰਿਹਾ ਹੈ ਤੇ ਵਾਇਰਸ ਦੇ ਸੰਕਟ ਦੌਰਾਨ ਲੋਡਿੰਗੀਆਂ ਸੇਵਾਵਾਂ ਦੇ ਲਈ 25 ਮਾਰਚ ਤੋਂ ਸਾਰੇ ਨੈਸ਼ਨਲ ਹਾਈ ਸੇਵਾ ਹਾਈਵੇ ਦੇ ਉੱਪਰ ਟੋਲ ਵਸੂਲੀ ਬੰਦ ਕਰ ਦਿੱਤੀ ਸੀ ਇਸ ਦਾ ਇੱਕ ਮਕਸਦ ਸੀ ਟੋਲ ਮੁਲਾਜ਼ਮਾਂ ਨੂੰ ਕਰੋਨਾ ਸੰਕਰਮ ਹੋਣ ਤੋਂ ਵੀ ਸੁਰੱਖਿਅਤ ਰੱਖਣਾ ਸੀਗਾ ਸੋ ਉਸ ਤੋਂ ਬਾਅਦ ਜੀ ਅਗਲੀ ਖਬਰ ਆ ਰਹੀ ਆ ਐਲਪੀਯੂ ਨੂੰ ਜੀ 3200 ਲੋਕਾਂ ਦੀ ਜਾਨ ਖਤਰੇ ਦੇ ਵਿੱਚ ਪਾਉਣ ਦੇ ਲਈ ਨੋਟਿਸ ਜਾਰੀ ਪੰਜਾਬ ਸਰਕਾਰ ਨੇ ਫਗਵਾੜਾ ਦੇ ਨੇੜੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ ਵਿਸ਼ਵਵਿਆਪੀ ਮਹਾਮਾਰੀ ਕਰੋਨਾ ਵਾਇਰਸ ਦੇ ਮੱਦੇਨਜ਼ਰ ਮਹਾਮਾਰੀ ਦੇ ਐਕਟ ਤਹਿਤ ਕੇਂਦਰ ਸਰਕਾਰ ਦੀਆਂ ਲੋਕਡਾਊਨ ਦੀਆਂ ਹਦਾਇਤਾਂ ਦੀ ਉਲੰਘਣਾ ਕਰਨ ਦੇ ਲਈ ਇਹ ਨੋਟਿਸ ਜਾਰੀ ਕੀਤਾ ਗਿਆ ਉੱਚ ਸਿੱਖਿਆ ਅਤੇ ਭਾਸ਼ਾ ਵਿਭਾਗ ਦੇ ਸੁਪਰਡੈਂਟ ਪਰਮਜੀਤ ਸਿੰਘ ਨੇ ਐਲਪੀਯੂ ਨੂੰ ਨੋਟਿਸ ਜਾਰੀ ਕਰਦਿਆਂ ਕਿਹਾ ਕਿ ਸਰਕਾਰੀ ਯੂਨੀਵਰਸਿਟੀਆਂ ਦੇ ਹੁਕਮਾਂ ਦੀ ਉਲੰਘਣਾ ਕਰਨ ਤੇ ਤਕਰੀਬਨ 3200 ਲੋਕਾਂ ਦੀ ਜਾਨ ਨੂੰ ਖਤਰੇ ਦੇ ਵਿੱਚ ਪਾਉਣ ਲਈ ਕਿਉਂ ਨਾ ਤੁਹਾਡੀ ਯੂਨੀਵਰਸਿਟੀ ਨੂੰ ਜਾਰੀ ਕੀਤੇ ਗਏ ਨੋ ਅਬਜੈਕਸ਼ਨ ਸਰਟੀਫਿਕੇਟ ਨੂੰ ਵਾਪਸ ਲੈ ਲਿਆ ਜਾਵੇ ਦੂਜੇ ਪਾਸੇ ਫਿਜ਼ਿਓਥੈਰੇਪੀ ਦੇ ਦੂਜੇ ਸਾਲ ਦੇ ਵਿਦਿਆਰਥੀ ਕੋਵਿਡ-19 ਦੇ ਨਮੂਨੇ ਪੋਜ਼ਿਟਿਵ ਹੋਣ ਤੋਂ ਬਾਅਦ ਸਿਹਤ ਵਿਭਾਗ ਦੇ ਦੁਆਰਾ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਸਮੇਤ ਕੁੱਲ 1450 ਵਿਅਕਤੀਆਂ ਦੀ ਜਾਂਚ ਕੀਤੀ ਗਈ ਹੈ ਤੇ ਹੁਣ ਤੱਕ 2050 ਸਕ੍ਰੀਨਿੰਗਾਂ ਹੋ ਚੁੱਕੀਆਂ ਹਨ ਸ਼ੁੱਕਰਵਾਰ ਨੂੰ ਯੂਨੀਵਰਸਿਟੀ ਦੇ ਵਿੱਚ ਕੁੱਲ 25 ਸੈਂਪਲ ਲਏ ਗਏ ਸਨ ਅਤੇ 70 ਨਮੂਨਿਆਂ ਦੀਆਂ ਰਿਪੋਰਟਾਂ ਪੈਂਡਿੰਗ ਪਾਈਆਂ ਗਈਆਂ ਜਿਨ੍ਹਾਂ ਦੇ ਵਿੱਚ लवली ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਵਾਰਡ ਬੋਏ ਦੇ ਵਿਦਿਆਰਥੀ ਵੀ ਸ਼ਾਮਲ ਸਨ ਤੇ ਜੋ ਕਿ 32 ਦੇ ਕਰੀਬ ਵਿਦਿਆਰਥੀਆਂ ਦੀਆਂ ਰਿਪੋਰਟਾਂ 네ਗੇਟਿਵ ਆਈਆਂ ਹਨ ਸੋ ਦੋਸਤੋ ਇਹ ਸਾਂਜੀ ਸੂਬੇ ਪੰਜਾਬ ਦੀਆਂ ਇਸ ਵੇਲੇ ਦੀਆਂ ਆਮ ਅਤੇ ਖਾਸ ਖਬਰਾਂ ਸੋ ਇਸ ਵੀਡੀਓ ਦੇ ਵਿੱਚ ਇੰਨਾ ਹੀ ਜੀ ਅਗਲੀ ਵੀਡੀਓ ਦੇ ਵਿੱਚ ਹੋਰ ਨਵੀਂ ਤਾਜ਼ਾ ਜਾਣਕਾਰੀ ਲੈ ਕੇ ਹਾਜ਼ਰ ਹੋਵਾਂਗੇ ਜੀ ਤਦ ਤੱਕ ਲਈ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ